ਅੱਜ ਇਹ ਵੀ ਦੇਖਣਾ ਹੈ ਤੁਸੀਂ ਕਿਸੇ ਗਲਤ ਫਹਿਮੀ ਚ ਨਾ ਰਹੋ। ਅੱਜ ਜਿਹੜੀ ਤੁਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਮੇਰੇ ਤੋਂ ਬੋਲਦੇ ਹੋਏ ਜਿਹੜੀ ਗੱਲ ਕੀਤੀ ਅੰਮ੍ਰਿਤਪਾਲ ਦੀ, ਅੱਜ ਅੰਮ੍ਰਿਤਪਾਲ ਵੀ ਇਲੈਕਸ਼ਨ ਲੜ ਰਹੇ ਆ ਤੇ ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ ਚ। ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਵਰਗਾ ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਨੀ ਚੱਕਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ, ਸਾਡੇ ਟ੍ਰੇਨਾਂ ਚੋਂ ਲਾ ਕੇ ਮਾਰ ਸਕਦੇ ਆ, ਥੀਏਟਰਾਂ ਚ ਬੰਬ ਲਾ ਸਕਦੇ ਆ, ਉਹ ਅੰਮ੍ਰਿਤਪਾਲ ਵਰਗਾ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਤੇ ਪੰਜਾਬ ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਬੇਅੰਤ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤਪਾਲ ਨਾਲ ਖੜਦੇ। ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਖਡੂਰ ਸਾਹਿਬ। ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ, ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਆ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ, ਆਪਾਂ ਫਿਰ ਪੰਜਾਬ ਛੱਡਣਾ ਪਊਗਾ। ਇਹ ਮੈਂ ਐਵੇਂ ਨਹੀਂ ਕਹਿ ਰਿਹਾ, ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾ ਉਹਨੂੰ ਸਿੱਖਦੇ ਆ, ਜੇ ਉਹ ਐਮ ਪੀ ਬਣ ਗਿਆ ਤੇ ਸਾਡੇ ਵਰਗੇ ਉਰੇ ਐਮ ਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹੋਊਗਾ। ਇਹ ਸੀਰੀਅਸ ਗੱਲਾਂ ਹੈ ਸੋਚਣ ਵਾਲੀਆਂ। ਇਹ ਨਹੀਂ ਗੱਲ ਫਲਾਨਾ ਵੀ ਇਹਨੂੰ ਲੀਨੀਅਟ ਲੈ ਲਈਏ ਜੀ, ਆਹ ਕਾਂਗਰਸ ਦਾ ਬਣਿੰਗ ਹੈ ਜੀ ਇਹਨੂੰ ਚਾਰ ਵੋਟਾਂ ਪਾ ਦਈਏ, ਚਾਰ ਬੱਪੀ ਨੂੰ ਪਾ ਦਈਏ, ਚਲੋ ਜੀ ਮੂੰਹ ਮਲਾ ਜਾਏ ਖੁਸ਼ ਰੱਖ ਲਈਏ। ਇਹ ਨਹੀਂ ਚੱਲਣਾ ਇਸ ਵਾਰ, ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਹੈ ਵੀ ਤੁਸੀਂ ਪੰਜਾਬ ਚ ਰਹਿਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਪਾ ਲਿਓ, ਜੇ ਨਹੀਂ ਚਾਹੁੰਦੇ ਤਾਂ ਪਾਉਂਦੇ ਤਾਂ ਅੰਮ੍ਰਿਤਪਾਲ ਵਰਗੇ ਨੇ ਪੰਜਾਬ ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ। ਜਿਹੜੇ ਆਪਾਂ ਅਮਨ ਪਸੰਦ ਲੋਕ ਹਾਂ, ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹਾਂ, ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ, ਉਹ ਕੰਮ ਉਹ ਹੈਗੇ ਹੀ ਹੈਗੇ ਆ, ਉਹ ਸਰਕਾਰਾਂ ਨੇ ਕਰਨੇ ਆ, ਮੋਦੀ ਸਾਹਿਬ ਦੀ ਗਰੰਟੀ ਆ ਇਹ। ਪਰ ਜਿਹੜਾ ਨਵਾਂ ਕੰਮ ਹੋ ਗਿਆ, ਮੈਨੂੰ ਲੱਗਦਾ ਸੀ ਮਹਿੰਦਰ ਜੀ ਵੀ ਉਹਦੇ ਕਾਗਜ਼ ਸ਼ਾਇਦ ਕਿਉਂਕਿ ਜੇਲ੍ਹ ਚ ਬੈਠਾ ਨਹੀਂ ਰਿਜੈਕਟ ਹੋਣਗੇ, ਪਰ ਉਹਦੇ ਕਾਗਜ਼ ਵੀ ਪਾਸ ਹੋ ਗਏ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ, ਉਹ ਇਲਾਕਾ ਹੀ ਐਸਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ। ਇਹ ਬੜੀ ਸੀਰੀਅਸ ਫਿਕਰ ਵਾਲੀ ਚਿੰਤਾ ਵਾਲੀ ਗੱਲ ਹੋ ਗਈ ਵੀ ਜਿਹੜੇ ਕੰਮ ਆਪਾਂ ਕਰ ਰਹੇ ਹਾਂ ਹੋਰਾਂ ਦੇ ਕੰਮ ਇਹੀ ਰੱਖ ਲਈਏ ਬਚਾ ਲਈਏ। ਤੇ ਦੁਬਾਰਾ ਸਿਮਰਨਜੀਤ ਮਾਨ ਵਾਂਗੂ ਜੋ ਇੱਕ ਲਹਿਰ ਚੱਲੀ ਸੀ, ਅੱਜ ਉਸੇ ਤਰੀਕੇ ਨਾਲ ਉਹਨਾਂ ਦੇ ਕੈਂਡੀਡੇਟ ਖੜੇ ਨੇ, ਆ ਸਾਡੇ ਵੀ ਖੜਾ ਇੱਥੇ ਕਮਲਜੀਤ ਬਰਾੜ, ਦੇਖਿਓ ਤੁਸੀਂ ਉਹ ਵੀ ਉਹ ਹਰ ਸੀਟ ਤੇ ਇੱਕ ਇੱਕ ਕੈਂਡੀਡੇਟ ਉਹਨਾਂ ਦਾ ਖੜਾ ਹੈ। ਇਹ ਗੰਭੀਰਤਾ ਨਾਲ ਇਹ ਗੱਲਾਂ ਸੋਚਣ ਵਾਲੀਆਂ ਨੇ, ਇੱਥੇ ਗੱਲ ਕਾਂਗਰਸ ਦੀ ਨਹੀਂ ਗੀ, ਇੱਥੇ ਗੱਲ ਆਮ ਆਦਮੀ ਦੀ ਨਹੀਂ ਗੀ ਵੀ 1000 ਰੁਪਇਆ ਦੇ ਦਾਂਗੇ ਜੀ ਘਰ ਘਰ ਨੌਕਰੀ ਦੇ ਦਾਂਗੇ, ਇੱਥੇ ਅੱਗੇ ਸਾਡੇ ਬੱਚੇ ਕਿਵੇਂ ਰਹਿਣਗੇ ਜੇ ਇਹ ਲੜਾਈ ਦੁਆਰਾ ਪੰਜਾਬ ਸ਼ੁਰੂ ਹੋ ਗਈ। ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਨਾਂ ਤੇ ਅੱਜ ਬਾਰਡਰ ਬੰਦ ਕੀਤੇ ਪਏ, ਪਹਿਲਾਂ ਹੀ ਕਿਸਾਨਾਂ ਦੇ ਨਾਂ ਤੇ ਸਾਰਾ ਟ੍ਰੇਨਾਂ ਘੁੰਮ ਘੁੰਮ ਆਉਂਦੀਆਂ, ਜੀਟੀ ਰੋਡ ਬੰਦ ਪਏ ਆ। ਇਹ ਬਹੁਤ ਸੀਰੀਅਸ ਗੱਲ ਆ ਜਿਹੜੀ ਤੁਹਾਨੂੰ ਸੋਚਣੀ ਪਊਗੀ ਪਰਿਵਾਰਾਂ ਚ। ਆਪਾਂ ਇਹ ਗੱਲਾਂ ਸੋਚਦੇ ਨਹੀਂ, ਐਸੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਮਤਲਬ ਕਰਪਸ਼ਨ ਨਾਲ ਡੁੱਬੇ ਪਏ ਹੋਏ। ਇਹ ਬੜਿੰਗ ਸਾਹਿਬ ਵਰਗੇ ਡੋਡੀਆਂ ਖਾ ਕੇ ਕੇਸ ਕੀਤੇ ਆ, ਮੈਂ ਕੱਲ ਉਹਦੀ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ, ਤੁਸੀਂ ਦੇਖੋਗੇ ਵੀ ਕੀ ਹੋਊਗਾ। Subscribe to One India channel and never miss an update.